ਤੇ ਮੁੜ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਜੀ। ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਚੱਲੀ ਇਸ ਸਿਆਸੀ ਹਵਾ ਦੀ ਔਰ ਭਵਿੱਖ ਕਿਹੜਾ ਹੁਣ ਵੇਖਣ ਨੂੰ ਮਿਲ ਸਕਦਾ ਜਾਂ ਹੋ ਸਕਦਾ ਆਮ ਆਦਮੀ ਪਾਰਟੀ ਦਾ, ਸੁਖਪਾਲ ਸਿੰਘ ਖਹਿਰਾ ਔਰਾਂ ਦਾ ਔਰ ਉਹਨਾਂ ਦੇ ਸਾਥੀਆਂ ਦਾ, ਇਸ ਮੁਤਲਕ ਕਰ ਰਹੇ ਹਾਂ ਵਿਚਾਰ, ਤੁਹਾਡੇ ਵਿਚਾਰ ਹੁਣ ਕਰਾਂਗੇ ਸਾਂਝਾ। ਮੈਂ ਵੇਖ ਪਾ ਰਿਹਾ ਕਿ ਤੁਸੀਂ ਮੈਨੂੰ ਫੋਨ ਕਾਲ ਕਰ ਰਹੇ ਹੋ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਤੁਸੀਂ ਸਾਨੂੰ ਕੀ ਕੁਝ ਦੱਸਣਾ ਚਾਹੁੰਦੇ ਹੋ ਔਰ ਕਹਿਣਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਰਮਾ ਜੀ ਨੇ ਬਹੁਤ ਬਹੁਤ ਪਿਆਰ ਭਰੀ ਇਹ ਆਪਣੇ ਭਾਜੀ। ਕਿੰਨਾ ਟਾਈਮ ਹੁੰਦਾ ਤੁਹਾਡਾ ਇਹ ਜੀ? ਆਪਾਂ ਹੈਗੇ ਜੀ 10 ਵਜੇ ਤੱਕ ਹੈਗੇ ਆ ਜੀ। 10 ਵਜੇ ਤੱਕ ਜੀ? 10 ਵਜੇ ਤੱਕ ਜਿਹੜਾ ਨਿਊਯਾਰਕ ਸਟੈਂਡਰਡ ਟਾਈਮ, ਨਿਊਯਾਰਕ ਦਾ ਟਾਈਮ, ਨਿਊਯਾਰਕ ਸਟੈਂਡਰਡ ਟਾਈਮ। ਤੁਸੀਂ ਆਪਣੇ ਮਤਲਬ ਫੁੱਲ ਸਾਰਾ ਟਾਈਮ ਕਿੰਨਾ ਹੁੰਦਾ ਇਹ ਮੁੱਦੇ ਦਾ? ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ, ਆਪਣੀ ਗੱਲ ਸਹੀ ਟਾਈਮ ਹੈਗਾ, ਤੁਸੀਂ ਬੋਲੋ ਜੀ। ਟਾਈਮ ਹੈ ਤੁਸੀਂ ਆਪਣੀ ਮਤਲਬ ਇਹ ਗੱਲ ਕਰਦੇ ਆ ਤੁਸੀਂ ਅੱਧਾ ਘੰਟਾ ਮਸੀ ਕਾਲਾਂ ਲੈਣੇ, ਕਾਲਾਂ ਵੱਧ ਲਿਆ ਕਰੋ ਵਿੱਚ ਦੂਜੀਆਂ ਇਹਨਾਂ ਨੇ ਸ਼ਰਮਾ ਜੀ ਨੇ ਹੁਣ ਇੱਕ ਵਾਰੀ ਦੱਸ ਦਿੱਤਾ ਸਾਰਾ ਕੁਝ। ਮੈਂ ਕਹਿ ਰਿਹਾ ਜੀ ਕਿ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਸਾਨੂੰ ਸਟੂਡੀਓ ਦੇ ਵਿੱਚ ਆਪਣੇ ਗੈਸਟਾਂ ਦਾ ਵੀ ਧਿਆਨ ਰੱਖਣਾ ਪੈਂਦਾ, ਤੁਹਾਡਾ ਵੀ ਧਿਆਨ ਰੱਖਣਾ ਪੈਂਦਾ ਹੈ, ਤਾਂ ਟਾਈਮ ਸਾਡੇ ਕੋਲ ਜ਼ਿਆਦਾ ਹੈਗਾ ਨਹੀਂ। ਘੰਟਾ ਹੋ ਗਿਆ ਮੈਨੂੰ ਫੋਨ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਅਸੀਂ ਕਾਲ ਲੈ ਲਈਏ। ਮੈਂ ਚਾਹੁੰਦਾ ਕਿ ਤੁਸੀਂ ਆਪਣੀ ਗੱਲ ਰੱਖੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਮੈਂ ਜਸਵਿੰਦਰ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ। ਜੀ ਜਸਵਿੰਦਰ ਜੀ, ਕੀ ਕਹਿਣਾ ਚਾਹੋਗੇ? ਹਾਂ, ਮੈਂ ਭਗਵੰਤ ਮਾਨ ਬਾਰੇ ਕਹਿਣਾ ਸੀ ਜੀ। ਉਹ ਜੋ ਕੁਝ ਕਹਿ ਰਿਹਾ ਵੀ ਸੁਖਪਾਲ ਸਿੰਘ ਖਹਿਰਾ ਤੇ ਆਪਣਾ ਕਮਰ ਸਿੰਘ ਸੰਧੂ ਪਾਰਟੀ ਅਲੱਗ ਪਾਰਟੀ ਬਣਾ ਕੇ ਇਲੈਕਸ਼ਨ ਲੜ ਕੇ ਦੇਖਣ, ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਥੋੜਾ ਟਾਈਮ ਹੀ ਹੈ, ਤੇਰਾ ਵੀ ਪਤਾ ਲੱਗ ਜੂਗਾ। ਉਹਨਾਂ ਨੇ ਅਲੱਗ ਪਾਰਟੀ ਬਣਾ ਹੀ ਲੈਣੀ ਹੈ, ਪਰ ਉਹ ਥੋੜਾ ਜਿਹਾ ਟਾਈਮ ਇਹਦੇ ਨੇ। ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਬਹੁਤ ਤਗੜਾ ਪੋਲੀਟੀਸ਼ੀਅਨ ਹੈ ਜੀ, ਉਹਦੇ ਡੈਡੀ ਬਹੁਤ ਤਗੜੇ ਪੋਲੀਟੀਸ਼ੀਅਨ ਰਹੇ ਨੇ ਜੀ, ਤੇ ਉਹ ਟਾਈਮ ਦੂਰ ਨਹੀਂ ਜੇ ਉਹਦੇ ਨਾਲ ਨਾ ਇਹ ਚੱਲੇ ਸਹਿਮਤ ਹੋ ਕੇ ਤੇ ਉਹ ਅਲੱਗ ਪਾਰਟੀ ਬਣਾ ਕੇ ਪੰਜਾਬ ਦਾ ਉਹ ਆਉਣ ਵਾਲਾ ਸੀਐਮ ਵੀ ਹੋ ਸਕਦਾ, ਆਉਣ ਵਾਲਾ ਸੀਐਮ ਵੀ। ਲੋਕ ਉਹਨੂੰ ਲਾਈਕ ਕਰਦੇ ਨੇ ਜੀ, ਜੀ ਲੋਕ ਉਹਦੇ ਨਾਲ ਖੜਨਗੇ ਪੰਜਾਬ ਦੇ, ਉਹ ਪੰਜਾਬੀਆਂ ਦੀ ਗੱਲ ਕਰਦਾ ਜੀ, ਪੰਜਾਬੀਆਂ ਵਾਸਤੇ ਲੜ ਰਿਹਾ ਜੀ, ਤੇ ਲੋਕ ਉਹਦੇ ਨਾਲ ਸਾਰੇ ਤੁਰਨਗੇ। ਚਲੋ ਜੀ, ਵੇਖਦੇ ਹਾਂ ਅੱਜ ਆਉਣ ਵਾਲੇ ਜਿਹੜੀ ਹੁਣ ਰਾਜਨੀਤੀ ਸਿਆਸਤ ਦੀ ਤਸਵੀਰ ਹੈ ਹੁਣ ਜਿਹੜੀ ਧੁੰਦਲੀ ਹੋਈ ਹੈ ਉਹ ਸਾਫ਼ ਹੁੰਦੀ ਹੈ, ਅਤੇ ਉਹਦੇ ਵਿੱਚ ਚਿਹਰਾ ਕਿਹੜਾ ਨਿਕਲ ਕੇ ਆਉਂਦਾ ਹੈ ਅਤੇ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਆਪਾਂ ਵਿਚਾਰ ਹਜੇ ਕਰ ਰਹੇ ਹਾਂ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਔਰ ਜਿਹੜੀ ਹੁਣ ਨਵੀਂ ਕੰਟਰੋਵਰਸੀ ਸ਼ੁਰੂ ਹੋਈ ਹੈ ਉਸ ਮੁਤਲਕ ਸਾਡੇ ਨਾਲ ਔਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਲੱਗਦਾ ਕਿ ਕਾਲਰਸ ਕਦੀ ਵਾਰ ਭੁੱਲ ਜਾਂਦੇ ਆ ਕਾਲ ਕਰਨ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ, ਮੈਂ ਬਰਿੰਦਰ ਆਲੂਵਾਲੀਆ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਆਲੂਵਾਲੀਆ ਸਾਹਿਬ, ਕੀ ਕਹਿਣਾ ਚਾਹੋਗੇ? ਤੁਹਾਨੂੰ, ਸ਼ਰਮਾ ਜੀ ਨੂੰ, ਦੋਨਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ ਜੀ, ਆਮ ਆਦਮੀ ਪਾਰਟੀ ਬਣੀ ਸੀ ਇਸ ਕਰਕੇ ਕਿ ਪੋਲੀਟੀਕਲ ਸਿਸਟਮ ਔਰ ਐਡਮਿਨਿਸਟ੍ਰੇਸ਼ਨ 'ਚ ਸੁਧਾਰ ਲਿਆਉਣ ਕਰਕੇ ਜੀ। ਹੁਣ ਇੱਥੇ ਅਸੀਂ, ਮੈਂ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦਾ ਸਪੋਰਟਰ ਹਾਂ, ਅਸੀਂ ਇੱਥੇ ਤਿੰਨ ਗਲਤੀਆਂ ਬਹੁਤ ਜ਼ਿਆਦਾ ਕੀਤੀਆਂ ਜੀ। ਪਹਿਲੀ ਗੱਲ ਤਾਂ ਇਹ ਕਿ ਸ਼ਰਮਾ ਜੀ ਨੇ ਜਿਵੇਂ ਦੱਸਿਆ ਕਿ ਐਲ ਓ ਪੀ ਜਿਹੜਾ ਹੈ ਉਹ ਅਗਰ ਲੋਕਲ ਵਿਧਾਇਕ ਚੁਣਨ ਤਾਂ ਬਿਹਤਰ ਹੈ ਕਿਉਂਕਿ ਉਹਨਾਂ ਦੀ ਸਹਿਮਤੀ ਔਰ ਕਮਿਟਮੈਂਟ ਆ ਜਾਂਦੀ ਹੈ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਸਾਰਿਆਂ 'ਚੋਂ ਸਭ ਤੋਂ ਸਿਆਣਾ ਔਰ ਕਾਬਿਲ ਕੌਣ ਹੋਏਗਾ ਜੀ। ਦੂਜੀ ਚੀਜ਼ ਕਿ ਇਹਨਾਂ ਨੂੰ ਜਿਸ ਤਰੀਕੇ ਨਾਲ ਕੱਢਿਆ ਗਿਆ ਉਹ ਤਰੀਕਾ ਗਲਤ ਸੀ ਕਿਉਂਕਿ ਅਸੀਂ ਦਿੱਲੀ 'ਚ ਇਹੀ ਝਗੜਾ ਸਾਡਾ ਐਲ ਜੀ ਨਾਲ ਚੱਲਦਾ ਪਿਆ ਹੈ, ਸੁਪਰੀਮ ਕੋਰਟ 'ਚ ਵੀ ਸਾਡੀ ਫੇਵਰ 'ਚ ਜਜਮੈਂਟ ਆ ਚੁੱਕੀ ਹੈ, ਪਰ ਅਸੀਂ ਜਿਹੜੇ ਸਾਡੇ ਸਟੇਟ ਯੂਨਿਟ ਹੈ ਅਸੀਂ ਇਹ ਕਿਸ ਤਰ੍ਹਾਂ ਬਰਦਾਸ਼ਤ ਕਰੀਏ ਕਿ ਉੱਥੇ ਅਸੀਂ ਗਲਤ ਕੰਮ ਕਰੀਏ। ਤੀਜੀ ਚੀਜ਼ ਕਿ ਜਿਹੜਾ ਐਲ ਓ ਪੀ ਰਿਪਲੇਸਮੈਂਟ ਆਈ ਹੈ ਹਰਪਾਲ ਚੀਮਾ ਜੀ ਸ਼ਾਇਦ ਹੈਗੇ ਨੇ ਉਹ ਇਸ ਕਰਕੇ ਲਿਆਏ ਗਏ ਨੇ ਕਿ ਉਹ ਦਲਿਤ ਨੇ, ਇਹ ਵੀ ਗਲਤ ਹੈ ਕਿਉਂਕਿ ਜਿਹੜਾ ਲੀਡਰ ਹੋਏਗਾ ਉਹ ਮਜ਼ਹਬ ਜਾਂ ਕਾਸਟ ਬੇਸ ਤੇ ਨਹੀਂ ਆਉਣਾ ਚਾਹੀਦਾ, ਉਹਦੀ ਪੋਲੀਟੀਕਲ ਐਕਿਊਮੈਂਟ ਔਰ ਉਹਦੀ ਜਜਮੈਂਟ, ਉਹਦੀ ਲੀਡਰਸ਼ਿਪ ਕੁਆਲਿਟੀ ਉਸ ਤੇ ਆਉਣਾ ਚਾਹੀਦਾ ਹੈਗਾ, ਤੇ ਉਸ ਕਰਕੇ ਜਿਹੜੀ ਤੁਹਾਡੀ ਐਬਿਲਿਟੀ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ, ਐਂਡ ਹੀ ਸ਼ੁਡ ਬੀ ਐਕਸੈਪਟੇਬਲ ਟੂ ਆਲ ਦ ਲੈਜਿਸਲੇਚਰਸ। ਤੀਜਾ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਪਾਰਟੀ ਅਲੱਗ, ਸੋਰੀ ਮੈਨ, ਲੈਟ ਮੀ ਕਮ ਬੈਕ ਟੂ ਭਗਵਾਨ ਮਾਨ ਜੀ।
ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੀ ਜ਼ਰੂਰਤ ਸੀਗੀ ਕਿਉਂਕਿ ਉਹ ਡਿਫੈਂਸਿਵ ਮੋਡ ਤੇ ਨੇ, ਉਹ ਜਿਹੜਾ ਉਹਨਾਂ ਦਾ ਦੁਰਾਹੇ ਚ ਪਏ ਹਸਪਤਾਲ ਚ ਜਾ ਕੇ ਡਰਾਮਾ ਕੀਤਾ, ਉਹ ਪਬਲਿਕ ਓਪੀਨੀਅਨ ਉਹਨਾਂ ਦੇ ਇੰਨੀ ਬਰਖਿਲਾਫ ਹੋ ਗਈ ਹੈ ਕਿ ਉਹਨਾਂ ਨੂੰ ਹੋਰ ਕੋਈ ਚਾਰਾ ਨਹੀਂ ਸੀ ਕਿ ਉਹ ਪ੍ਰੈਸ ਕਾਨਫਰੰਸ ਕਰਦੇ ਔਰ ਉਹ ਬਰਗਲਾਂਦੇ ਇਹਨਾਂ ਨੂੰ, ਕਮਲ ਸਾਹਿਬ ਨੂੰ ਔਰ ਖਹਿਰਾ ਸਾਹਿਬ ਨੂੰ। ਦਿੱਲੀ ਜਿਹੜੀ ਹੈ ਉਹ ਕਿਉਂਕਿ ਕੁਆਇਟ ਹੈ, ਉਹਨਾਂ ਨੇ ਇਹਨਾਂ ਨੂੰ ਝਗੜਨ ਦਿੱਤਾ ਕਿਉਂ? ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਸੀਗਾ, ਇਹਨਾਂ ਨੂੰ ਪ੍ਰੀਵੈਂਟ ਕਰਨਾ ਚਾਹੀਦਾ ਸੀ ਕਿ ਤੁਸੀਂ ਇੰਡੀਵਿਜੁਅਲ ਕਾਨਫਰੰਸ ਨਹੀਂ ਕਰਨੀ, ਡੈਮੇਜ ਕੰਟਰੋਲ ਅਸੀਂ ਕਰਾਂਗੇ, ਹੁਣ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਇਹਨੂੰ ਕੰਟਰੋਲ ਕਰਦੇ ਹਾਂ, ਇਹ ਦਿੱਲੀ ਨੂੰ ਕਰਨਾ ਚਾਹੀਦਾ ਸੀ। ਤੀਜਾ ਤੁਸੀਂ ਜਿਹੜਾ ਪੁੱਛ ਰਹੇ ਹੋ ਕਿ ਇਹ ਖਹਿਰਾ ਸਾਹਿਬ ਤੇ ਕਿਹੜੀ ਲੋਕ ਸਭਾ ਪਾਰਟੀ, ਕਿਹੜੀ ਤੁਸੀਂ ਕਿਹਾ ਸੀ, ਲੋਕ ਭਲਾਈ ਪਾਰਟੀ, ਲੋਕ ਇਨਸਾਫ ਪਾਰਟੀ, ਨਹੀਂ ਉਹ ਪਾਰਟੀ ਹਲੇ ਇੰਨੀ ਪਾਪੂਲਰ ਨਹੀਂ ਹੈ, ਉਹ ਬੈਂਸ ਉਹਨਾਂ ਦਾ ਹਲੇ ਇੰਨਾ ਪਕੜ ਨਹੀਂ ਹੈਗੀ, ਤੇ ਇਹ ਪੋਲੀਟੀਕਲ ਹਾਰਾ ਕੈਰੀ ਹੋ ਜਾਏਗੀ, ਤੇ ਇਹ ਪਾਰਟੀ ਬਣਾਉਣ ਦੀ ਗੱਲ ਨਹੀਂ ਕਰ ਰਹੇ, ਇਹ ਵਿੱਚ ਰਹਿ ਕੇ ਇੱਕ ਸਿਸਟਮ ਨੂੰ ਠੀਕ ਕਰਨ ਦੀ ਗੱਲ ਕਰ ਰਹੇ ਨੇ, ਤੇ ਅਗਰ ਕੇਜਰੀਵਾਲ ਵੀ ਉਸੇ ਲਾਈਨ ਤੇ ਹੈਗਾ ਤੇ ਵਾਈ ਨਾਟ ਹੀ ਇਸ਼ੂ ਸਟ੍ਰਿਕਟ ਆਰਡਰਸ ਟੂ ਦੈਮ ਕਿ ਵੀ ਕੋਈ ਨਹੀਂ ਬੋਲੇਗਾ, ਅਸੀਂ ਇਹ ਬੈਠਕ ਕਰ ਰਹੇ ਹਾਂ, ਬੈਠਕ ਕਰਕੇ ਅਸੀਂ ਇਹ ਫੈਸਲਾ ਕਰਾਂਗੇ, ਪੀਰੀਅਡ ਖਤਮ, ਐਂਡ ਆਫ ਦਾ ਸਟੋਰੀ। ਜੀ ਜੀ ਬਿਲਕੁਲ ਸਹੀ ਗੱਲ ਹੈ ਜੀ, ਆਲੇ ਵਾਲੇ ਸਾਹਿਬ ਬਹੁਤ ਬਹੁਤ ਥੈਂਕ ਯੂ। ਮੈਨੂੰ ਇੱਥੇ ਸਿਰਫ ਇੱਕ ਨਿੱਕੇ ਜਿਹੇ ਵਕਫੇ ਰੁਕਣਾ ਪੈ ਰਿਹਾ ਕਿਉਂਕਿ ਸਾਡੇ ਜਿਹੜੇ ਕਮਰਸ਼ੀਅਲਸ ਨੇ, ਜਿਹੜੀਆਂ ਸਾਡੀ ਐਡਸ ਚੱਲਦੀਆਂ ਹਨ, ਸਾਡੇ ਉਹ ਜਿਹੜੇ ਸਪੋਂਸਰਸ ਨੇ ਉਹਨਾਂ ਦੀ ਵੀ ਜਿਹੜੀ ਗੱਲ ਹੈ ਉਹ ਵੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ, ਜਿਹੜੇ ਉਹ ਆਪਣੀ ਐਡਸ ਮੁੱਦੇ ਦੇ ਵਿੱਚ ਦਿੰਦੇ ਹੈ। ਅਤੇ ਇੱਕ ਨਿੱਕੇ ਜਿਹੇ ਵਕਫੇ ਰੁਕਦੇ ਹਾਂ, ਵਕਫੇ ਤੋਂ ਬਾਅਦ ਅਸੀਂ ਜਲਦ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਰਹੇ ਹਾਂ।